ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਦਾਸ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਇੱਕ ਆਪਣੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚੱਕ ਕਮਾਲ ਖਾਨ ਪਿੰਡ ਆ ਤੇ ਉੱਥੋਂ ਦੇ ਗੁਰਦੁਆਰਾ ਸਾਹਿਬ ਪਿਪਲਾਂ ਸਾਹਿਬ ਗੁਰਦੁਆਰਾ ਸਾਹਿਬ ਕਿਸੇ ਕਾਰਨ ਕਰਕੇ ਅੱਗ ਲੱਗੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਦਾ ਅਗਨਪੇਂਟ ਹੋ ਗਿਆ ਬਹੁਤ ਮੰਦਭਾਗੀ ਘਟਨਾ ਦਾਸ ਅੱਗੇ ਵੀ ਇਨ੍ਹਾਂ ਵਿਸ਼ਿਆਂ ਤੇ ਵੀਡੀਓ ਪਾਉਂਦਾ ਰਿਹਾ ਮਾ ਸਾਡੇ ਪਿੰਡਾਂ ਦੇ ਜੋ ਵੀ ਗਰੰਥੀ ਸਿੰਘ ਨੇ ਇਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਤੇ ਸਮਝ ਨਹੀਂ ਆਉਂਦੀ ਵੀ ਗਰੰਥੀ ਸਿੰਘ ਰਹਿੰਦੇ ਕਿੱਥੇ ਨੇ ਇੰਨੀ ਮੰਦਭਾਗੀ ਦੁਰਘਟਨਾ ਅੱਜ ਵਾਪਰੀ ਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸਾਰਾ ਅਗਨਪੇਟ ਹੋ ਗਿਆ ਪੁਲਿਸ ਵੀ ਆਈ ਔਥੇ ਕਾਰਵਾਈ ਚੱਲ ਰਹੀ ਏ ਜਾਣਕਾਰੀ ਲਈ ਜਾ ਰਹੀ ਹੈ ਵੀ ਬਣਿਆ ਕੀ ਹੈ ਜਿੰਨੀ ਕਿ ਮੈਂ ਟੈਲੀਵਿਜ਼ਨ ਦੇ ਵਿੱਚ ਨਿਊਜ਼ ਸੁਣੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਸਭ ਨੂੰ ਪਿਆਰਿਓ ਬਹੁਤ ਹੀ ਮੰਦ ਭਾਗੀ ਦੁਰਘਟਨਾ ਹੋਈ ਏ ਤੇ ਸਾਰੇ ਪਿੰਡਾਂ ਦੇ ਗਰੰਥੀ ਸਿੰਘ ਸਾਰੇ ਸੁਚੇਤ ਰਹਿਣਾ ਆਪਣੀ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਸੰਭਾਲਣਾ ਹੋਈਆਂ ਭੁੱਲਾਂ ਨੂੰ ਖਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ